ਸਤਿ ਸ੍ਰੀ ਅਕਾਲ ਜੀ, ਮਾਝਾ ਮਾਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਆਪਣੀ ਲਿਖੀ ਹੋਈ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਗੌਰ ਕਰਿਓ, ਤੇਰੇ ਜਿਹਾ ਬਾਦਸ਼ਾਹ ਕੋਈ ਨਾ ਜਹਾਨ ਤੇ, ਉਮਰ ਪੰਥ ਦੇ ਨਾਂ ਤੂੰ ਕਰ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ, ਜਿਗਰਾਂ ਕਿੱਥੋਂ ਮਿਲਿਆ ਸੀ ਨਿੱਕੇ ਤੇਰੇ ਲਾਲਾਂ ਨੂੰ, ਨੀਹਾਂ ਤੋਂ ਮਜ਼ਬੂਤ ਕਰ ਗਏ ਮਜ਼ਹਬ ਦੇ ਮਹਿਲਾਂ ਨੂੰ, ਵੇਖ ਤਸੀਹੇ ਖਾਣ ਦੇ ਸਰਹੰਦ ਸੀ ਹੋਕੇ ਭਰ ਰਿਹਾ, ਤਾਂ ਨਿੱਕਾ ਤੇਰਾ ਫਤਿਹ ਜ਼ੋਰ ਜ਼ੋਰ ਜੈਕਾਰੇ ਛੱਡ ਰਿਹਾ, ਸ਼ਬਦ ਨੀ ਮਿਲਦੇ ਕਹਿਣੇ ਨੂੰ ਸ਼ਬਦਾਂ ਤੋਂ ਪਰੇ ਤੂੰ ਕਰ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ, ਹਰ ਸਿਰ ਤੇ ਬੰਨੀ ਪੱਗ ਅੱਜ ਤੇਰੀ ਕਰਜ਼ਦਾਰ ਹੈ, ਕਹਿ ਆਖਣਾ ਤੇਰੀ ਭਰੀ ਮੇਰੇ ਲੱਖਾਂ ਅਜੀਤ ਜੁਜਾਰੇ, ਨਾ ਪਿਤਾ ਨਾ ਪੁੱਤ ਨਾ ਤਖਤ ਤੈਨੂੰ ਪਿਆਰ ਦਾ, ਪਿਆਰਾ ਤਾਂ ਲੱਗੇ ਅੰਮ੍ਰਿਤ ਖੰਡੇ ਵਾਲੀ ਧਾਰ ਦਾ, ਸਿੱਖੀ ਬਚਾਉਣ ਚ ਕੁਝ ਇਲਾਹੀ ਤੂੰ ਕਰ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ, ਤੈਨੂੰ ਵੀ ਤਾਂ ਚਾਹ ਹੋਣਾ ਲਾਡਲੇ ਵਿਆਉਣ ਦਾ, ਚਾਹ ਤੈਨੂੰ ਵੀ ਤਾਂ ਹੋਣਾ ਲਾਡਲੇ ਵਿਆਉਣ ਦਾ, ਕਰ ਸ਼ਗਨ ਵਿਹਾਰ ਜੰਜ ਜੀਤ ਨੂੰ ਚੜਾਉਣ ਦਾ, ਜਿਸ ਸਿੱਖ ਘਰ ਲਈ ਤੂੰ ਘਰ ਆਪਣਾ ਉਜਾੜਿਆ, ਅੱਜ ਵੇਖ ਤੇਰੇ ਸਿੱਖ ਨੇ ਘਰ ਕੂੜ ਦਾ ਉਸਾਰਿਆ, ਪਿਤਾ ਗਵਾ ਕੇ ਹਿੰਦ ਦਾ ਨਾਂ ਉੱਚਾ ਤੂੰ ਕਰ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ, ਅੱਜ ਖਿੰਡੀ ਤੇਰੀ ਕੌਮ ਤੇ ਵਟਾ ਗਈ ਰੰਗ ਹੈ, ਅੱਜ ਖਿੰਡੀ ਤੇਰੀ ਕੌਮ ਤੇ ਵਟਾ ਗਈ ਰੰਗ ਹੈ, ਨਸ਼ਿਆਂ ਵਸ ਹੋ ਕੇ ਰੋਲ ਦਿੱਤੀ ਪੱਗ ਹੈ, ਲੱਭਣ ਨਾ ਉਹ ਬਾਜ ਜੋ ਕੁਰਬਾਨੀ ਦਾ ਚਰ ਰੱਖਦੇ ਸੀ, ਲੱਖ ਲੱਖ ਅੱਗੇ ਕੱਲਾ ਯੋਧਾ ਜਿਗਰੇ ਨਾ ਕੰਬਦੇ ਸੀ, ਬਣ ਤਿੱਤਰ ਹਰ ਬਾਜ ਤੇਰਾ ਤੇਰੀ ਗੁੜਤੀ ਵਿਸਰ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ, ਤੇਰੇ ਗ੍ਰੰਥ ਨੂੰ ਅੱਜ ਅੱਗਾਂ ਲੱਗ ਰਹੀਆਂ ਮਾਲਕਾ, ਗ੍ਰੰਥ ਤੇਰੇ ਨੂੰ ਅੱਗਾਂ ਲੱਗ ਰਹੀਆਂ ਮਾਲਕਾ, ਸੁੱਤੀਆਂ ਜਮੀਰਾਂ ਨਹੀਂ ਉਹ ਜਾਗ ਰਹੀਆਂ ਮਾਲਕਾ, ਕੂੜ ਦੇ ਭਾਂਬੜ ਮਚਦੇ ਨੇ ਤੇ ਉੱਠ ਰਹੇ ਚੰਗਿਆੜ ਨੇ, ਗੱਦਾਰ ਹੋਏ ਸਿੱਖ ਤੇਰੇ ਤੇਰੀ ਸ਼ਹੀਦੀ ਰਹੇ ਲਤਾੜ ਨੇ, ਪੰਨੇ ਸਿਮਰਨ ਤੋਂ ਲਿਖ ਨਹੀਂ ਹੋਏ ਜੋ ਇਤਿਹਾਸ ਤੂੰ ਰਚ ਗਿਆ, ਸੁਣ ਬਾਜਾਂ ਵਾਲਿਆ ਕੁਰਬਾਨੀਆਂ ਦੀ ਹੱਦ ਤੂੰ ਕਰ ਗਿਆ। ਧੰਨਵਾਦ ਜੀ। ਜੇ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਮਾਝਾ ਮਾਲਵਾ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਓ। ਧੰਨਵਾਦ।